स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड हरीनों, ये पिंड फरीदकोट जिले का ते इहनूं तहसील कोटकपुरा पैंदी है। कोटकपुरे तो अवलूकोटली रामेयाण वाला जिहड़ा रोड है, जिहड़ी सड़क है दोस्तों, उस सड़क के उत्ते ये पिंड आउंदा है। जिहड़े घर चों वीडियो बना रहे हैं भाई वपार का काम करदा, ते वीडियो पहलां भी चैनल ते काफ़ी अपलोड है। इत्थे ज़्यादातर जिहड़ियां वीडियो बनदियां वो मझां वीर कोल आउंदियां विकरी वालियां, ते मझां दी खासियत ये हुंदी है वी इह ज़्यादा सूईयां सवाईयां मझां भाई वेचदा। अज दी वीडियो च वी तिन नग तुहानूं दिखाऊंगा जिहदे चों दो ताज़ियां सूईयां वियां मझां, ते इक इहनां चों जिहड़ी विचाले खड़ी है वह गब्बण मझ है। डिटेल पुछांगे इहनां आपां तिन्नां मझां दे बारे, तिन्ने ही तुहानूं तोर के दिखाउणियां। जिहड़ी मझ तुहानूं पसंद आजूगी उहदी तसल्ली तुसीं करनी है, आके तुसीं देखना है, ते आपदी तसल्ली करके तुसीं जिहड़ी मझ जचूगी उह खरीद लिओ। नंबर स्क्रीन उत्ते चलदा रहूगा। शुरुआत आपां इसे साइड तों करांगे दोस्तो, उदू बाद च दो नग तुहानूं होर दिखा देने। आओ पहलां इसे मझ बारे जानकारी बाई तों लैंदे हां। गुरे बाई सति श्री अकाल। सति श्री अकाल जी। अज आपणे कोल तिन्न मझां बाई, जिहड़ी पहले नंबर ते है इह रात सूई है जी। ठीक है, सूआ इहदा दूजा सूआ है जी। ठीक है, जेर पै गई सी। जेर पै गई है जी, ते कुछ दुध कढ्या भी है जी। कट्टा दिता है ने? कट्टा जी। मगर की रेट कर दोगे इहदा? 1,15,000 जी। खोलो भाई, दुध भी 15 तों बाद देना जी। ठीक है। सो दोस्तों 1,15,000 रेट है, ते ए 15 किलो तों बाद दुध वाली भाई कहिंदा मझ है। जेड ब्लैक ही दिसदी है दोस्तो, पूछ भी जिहड़ी सारी काली दिसदी है। जे रात ही सोई है पुड़ियां तों भी अंदाजा तुहानूं हुंदा होणा। कद काठ मझ दा सोहणा है, हवाना जिहड़ा उह तुसीं देखोगे बहुत चंगा इहदा तिआर है। ਇਹਦੇ ਚੋਂ ਉਸ ਦੁੱਧ ਬਾਈ ਕਹਿੰਦਾ ਵੀ ਚੋਇਆ, ਰਾਤ ਇਹ ਸੂਈ ਹੈ ਜੇ। ਸਿੰਘ ਦੱਸੋ ਇੱਕ ਬਿਲਕੁਲ ਕੁੰਡਾ ਅਤੇ ਦੂਜੇ ਦੀ ਸ਼ੇਪ ਡਿਫਰੈਂਟ ਹੈ। ਜੇਰ ਇੱਥੇ ਹੀ ਪਈ ਹੈ ਬੱਠਲ ਥੱਲੇ, ਬਾਈ ਨੇ ਹਜੇ ਸੁੱਟੀ ਨਹੀਂ ਜੀ। ਇਹਦਾ ਢਾਂਚਾ ਤੁਸੀਂ ਦੇਖ ਸਕਦੇ ਹੋ, ਸੋਹਣੇ ਹਵਾਨੇ ਦੀ ਮੱਝ ਦੱਸੋ 15 ਕਿਲੋ ਵਾਂਗੂ ਬਾਈ ਕਹਿੰਦਾ ਦੁੱਧ ਪਾਊਗੀ। ਥਣ ਦਾ ਸਹਿਜ ਬੜਾ ਚੰਗਾ ਜੇ ਤੁਸੀਂ ਇੱਥੋਂ ਥਣ ਦੇਖੋ ਬਾਈ। ਇਹਦੀ ਪੂਛ ਫੜੀ ਗੋਰੇ ਮੰਡੀ ਦੋਸਤੋ, ਹੁਣ ਤੁਸੀਂ ਮੱਝ ਦਾ ਹਵਾਨਾ ਦੇਖੋਗੇ। ਕੱਟੇ ਨੂੰ ਇਹਨੇ ਜਨਮ ਦਿੱਤਾ, ਬਸ ਛੱਡ ਦੇ ਬਾਈ। ਚੰਗੇ ਦੁੱਧ ਵਾਲੀ ਇਹ ਮੱਝ, ਕੱਟਾ ਇਹਦੇ ਨਾਲ ਹੈ। ਸੋ ਥਣ ਹਵਾਨਾ ਤੁਹਾਨੂੰ ਦਿਖਾ ਹੀ ਦਿੱਤਾ। 1,15,000 ਇਹਦਾ ਰੇਟ, ਰਾਤ ਦੀ ਸੂਈ। ਇੱਕ ਗੱਬਣ ਮੱਝ ਹੈ, ਕਿਨਵਾਂ ਸੂਆ ਸੂ? ਇਹ ਵੀ ਦੂਜਾ ਸੂਆ ਜੀ। ਕਿੰਨਾ ਚਿਰ ਬਾਕੀ ਹੈ? ਇਹ 2 ਦਿਨ ਲੈ ਜੂਗੀ ਜੀ। ਠੀਕ ਹੈ, ਕੀ ਰੇਟ ਕਰਦੇ ਹੋ? ਇਹਦਾ ਵੀ 1,15,000 ਰੁਪਈਆ ਜੀ। ਇਹ ਦੁੱਧ ਮੈਂ 17 ਵੀ ਦੇ ਸਕਦੀ, 18 ਵੀ ਦੇ ਸਕਦੀ। ਖੋਲੀ ਨਹੀਂ ਦੋਸਤੋ, 15 ਤੋਂ ਬਾਹਰ ਦੁੱਧ ਵਾਲੀ ਮੱਝ ਹੈ। ਸਿੰਘ ਕੁੰਡੇ ਹੈ ਇਹਦੇ, ਰੇਟ ਇਹਦਾ ਵੀ 1,15,000 ਹੈ। ਦਰਮਿਆਨੇ ਕੱਦ ਘਾਟ 'ਚ ਹੈ, ਹਵਾਨਾ ਇਹਦਾ ਬਹੁਤ ਸੋਹਣਾ ਤਿਆਰ ਹੈ। 1,15,000 ਰੇਟ। ਸੋ ਸਿੰਘ ਦੋਸਤੋ ਇਹਦੇ ਨਾਲ ਹੀ ਮੁੜੇ ਵੇ ਆ। ਖਾਣਾ ਦਾ ਸਹਿਜ ਇਹਦਾ ਬਹੁਤ ਸੋਹਣਾ, ਵੀਡੀਓ 'ਚੋਂ ਕਲੀਅਰ ਦਿਸਕ ਵੀ ਰਿਹਾ। ਬਾਕੀ ਹਵਾਨਾ ਜਿਹੜਾ ਉਹ ਵੀ ਬੜਾ ਚੰਗਾ ਤਿਆਰ ਹੈ। ਜਿੰਨਾ ਵੀ ਹਵਾਨਾ ਦੱਸੋ ਪੂਰਾ ਚੌੜਾ ਜਿਹੜਾ ਉਹ ਲੱਤਾਂ ਦੇ ਸਨ 'ਚ ਹਵਾਨਾ ਇਹਦਾ ਦਿਸਦਾ। ਥਣ ਅਗਲਾ ਅਤੇ ਪਿਛਲਾ ਬਿਲਕੁਲ ਬਰਾਬਰ ਦਾ ਸਹਿਜ ਹੈ। ਉਹ ਠੰਡੀ ਸੀਲ ਇਹ ਫੁੱਲ ਹੈ। ਸੋ ਹਵਾਨਾ ਦੱਸੋ ਇੱਥੋਂ ਤੁਸੀਂ ਦੇਖ ਸਕਦੇ ਹੋ, ਇੱਦਾਂ ਦਾ ਰੌਕ ਇਹਦੇ ਹਵਾਨੇ ਦਾ। ਸੂਣਦੀਆਂ ਹੁਣ ਇਹਦੀਆਂ ਤਿਆਰੀਆਂ ਹੀ ਲੱਗਦੀਆਂ। ਇਹਦੂ ਬਾਅਦ 'ਚ ਇੱਕ ਹੋਰ ਮੱਝ ਬਾਈ ਕੋਲ ਵਿਕਰੀ ਵਾਲੀ ਹੈ। ਗੁਰੇ ਬਾਈ ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? ਇਹ ਪਰਸੋਂ ਸੂਈ ਹੈ, 2 ਦਿਨ ਹੋ ਗਏ ਜੀ। ਠੀਕ ਹੈ, ਬੱਚਾ ਕੀ ਦਿੱਤਾ? ਬੱਚਾ ਕੱਟੀ ਹੈ ਜੀ। ਠੀਕ ਹੈ, ਦੁੱਧ ਕਿੰਨਾ ਖੂਗਾ? ਦੁੱਧ ਹੁਣ 12 ਲੀਟਰ ਬੋਲਾ ਜੀ, ਅਤੇ 17 ਲੀਟਰ ਇਹ ਹੀ ਦੇ ਦੂਗੀ। ਰੇਟ ਇਹਦਾ ਕੀ ਕਰਦੇ? ਇਹਦਾ 98,000। ਠੀਕ ਹੈ। ਸੋ ਦੋਸਤੋ 98,000 ਰੇਟ ਆ, ਦੁੱਧ 12 ਕਿਲੋ, ਤੀਜੇ ਚੌਥੇ ਦਿਨ। ਲੰਬਾਈ ਚੰਗੀ ਹੈ ਦੋਸਤੋ, ਬਰੀਕ ਚਮੜੀ ਦੀ ਹੈ ਇਹ, ਇਹਦੇ ਨਾਲ ਕੱਟੀ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ। ਢਾਂਚਾ ਮੱਝ ਦਾ ਤੁਸੀਂ ਦੇਖ ਲਓਗੇ, ਮੀਡੀਅਮ ਹਾਈਟ 'ਚ ਵੀ ਹਵਾਨਾ ਇਹਦਾ ਬਹੁਤ ਸੋਹਣਾ ਤਿਆਰ। ਤੁਸੀਂ ਹਵਾਨਾ ਪਿੱਛੋਂ ਦੀ ਦੇਖ ਰਹੇ ਹੋ, ਚੰਗਾ ਹਵਾਨਾ ਦਿਖਾਉਂਦੀ ਹੈ। ਵੇਲ ਇਹਦੀ ਬਹੁਤ ਹੈ, ਕੱਦ ਭਾਵੇਂ ਦਰਮਿਆਨਾ ਪਰ ਲੰਬੀ ਮੱਝ ਇਹ ਦੂਜੀਆਂ ਮੱਝਾਂ ਤੋਂ ਵੱਧ ਦਿਸਦੀ ਹੈ। ਬਿਲਕੁਲ ਬਰੀਕ ਚਮੜੀ ਦੀ ਇਹ ਮੱਝ ਹੈ, ਦੇਖਣ ਤੋਂ ਲੱਗਦਾ। ਬਾਕੀ ਥਣ ਇਹਦੇ ਵੀ ਸੋਹਣੇ ਦੋਸਤੋ, ਅਤੇ ਹਵਾਨਾ ਵੀ ਇਹਦਾ ਤੁਸੀਂ ਦੇਖੋ, ਚੋਣ ਵੀ ਬਹੁਤ ਚੰਗੀ। ਸੋ ਚਵਾਈ ਬਾਈ ਦੱਸਦਾ ਬਹੁਤ ਚੰਗੀ ਹੈ, ਅਗਾੜੀ ਵੀ ਇਹਦੀ ਚੰਗੀ ਹੋਊਗੀ, ਹਵਾਨਾ ਪਛਾਣ ਨੂੰ ਵੀ ਚੰਗਾ। ਇੱਕ ਸਿੰਘ ਦਾ ਉੱਤੋਂ ਪੋਪਲਾ ਜਿਹਾ ਲੱਥਾ ਵਿਆ, ਦੂਜਾ ਸਿੰਘ ਮੁੜਿਆ ਵਿਆ ਕੁੰਡਾ। ਸੋ ਹਵਾਨਾ ਜਿਹੜਾ ਉਹ ਤੁਸੀਂ ਵੀਡੀਓ 'ਚ ਹੁਣ ਦੇਖ ਰਹੇ ਹੋ,
चंगा सोहना हवाना तैयार है दोस्तों। सुबह के टाइम मैं वीडियो बना रहा, तो ये तीन मझां अज की इस वीडियो के विक्री वाली बाई को हर टाइम ही इतने मझां जिहड़ियां वो खड़ियां होंदियां, जो भी तुसीं आओगे तो तुहानूं दो तीन नग तां जरूर इत्थे खड़े मिलणगे। बाकी पशु खरीदन लग्या उहदी जिहड़ी तसल्ली करनी है, समझना, उहनूं निरख परख करनी, उह तुहाडा अपना काम। गब्बण मझ दा वी हवाना दस्सो, मैं पहलां वी दस्सिया सी, हुण वी तुसीं देखो अगाड़ी वी इहदी चंगी है, पिछे नूं वी हवाना चंगा है। रेट 1,15,000 जे कोई गब्बण खरीदनी चाहुंदा, ते नहीं सोईयां सवाईयां दो मझां होर हैगियां। धन्नवाद वीडियो देखने लई।